ਪਹਿਲਾਂ ਕਹਿੰਦੇ ਯੂਟਿਊਬ ਤੇ ਅਸੀਂ ਟੈਂਡਰ ਲਾਵਾਂਗੇ ਟੈਂਡਰ ਲਾਵਾਂਗੇ। ਇਹਨਾਂ ਨੇ ਸੋਚਿਆ ਹੋਇਆ ਸੀ ਕਿ ਨੇੜੇ ਜੇ ਜਾ ਕੇ ਫਿਰ ਆਪਾਂ ਇੱਦਾਂ ਕਹਾ ਲਾਂਗੇ, ਕਹਾ ਕੇ ਉਹ ਤੋਂ ਬਾਅਦ ਫਿਰ ਕਹਿ ਦਾਂਗੇ ਵੀ ਜਿਹੜਾ ਪੁਰਾਣਾ ਸੈਟਅਪ ਚੱਲਦਾ ਹਜੇ ਉਹੀ ਚੱਲਣ ਦੋ। ਉਹ ਇੱਕੋ ਚੈਨਲ ਨੂੰ ਕਿਉਂ ਬੇਨਤੀ ਕਰ ਰਹੀ ਹੈ? ਇੱਕ ਨਿੱਜੀ ਚੈਨਲ ਹੈ, ਬਾਕੀਆਂ ਨੂੰ ਬੇਨਤੀ ਕਿਉਂ ਨਹੀਂ ਕਰ ਰਹੇ ਕਿ ਤੁਸੀਂ ਵੀ ਕਰ ਲਓ? ਅਨਭਾਗੀ ਗੱਲ ਹੈ ਕਿ ਪੰਜਾਬ ਦੇ ਗਵਰਨਰ ਨੂੰ ਇਹ ਨਹੀਂ ਪਤਾ ਕਿ ਸੈਸ਼ਨ ਜਿਹੜਾ ਉਹ ਲੀਗਲ ਸੀ ਜਾਂ ਇਲੀਗਲ। ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਤੰਜ ਕੱਸਿਆ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਵਾਲ ਖੜੇ ਕੀਤੇ। ਇਸ ਮੌਕੇ ਭਗਵੰਤ ਮਾਨ ਨੇ ਬਿਨਾਂ ਕਿਸੇ ਦਾ ਨਾਂ ਲਿਆ ਕਿਹਾ ਕਿ SDP ਸੇ ਸਿਰਫ ਇੱਕ ਚੈਨਲ ਨੂੰ ਲੈ ਕੇ ਹੀ ਕਿਉਂ ਬੇਨਤੀ ਕਰ ਰਹੀ ਹੈ, ਇੱਕ ਹੀ ਪਰਿਵਾਰ ਦੇ ਚੈਨਲ ਨੂੰ ਕਿਉਂ ਅਧਿਕਾਰ ਦਿੱਤੇ ਜਾ ਰਹੇ ਨੇ। ਮਾਨ ਨੇ ਕਿਹਾ ਕਿ SDP ਨੂੰ ਨਵੀਂ ਤਕਨਾਲੋਜੀ ਦਾ ਨਹੀਂ ਪਤਾ। CM ਮਾਨ ਨੇ ਕਿਹਾ ਕਿ ਬਹੁਤ ਤਰੀਕੇ ਦੇ ਨਾਲ ਪਲਾਨਿੰਗ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਸੈਟੇਲਾਈਟ ਚੈਨਲ 'ਤੇ ਵੀ ਪ੍ਰਸਾਰਣ ਹੋਵੇ। ਜਥੇਦਾਰ ਸਾਹਿਬ ਨੇ ਕਿਸੇ ਚੈਨਲ ਦਾ ਨਾਮ ਨਹੀਂ ਲਿਆ, ਪਰ ਸਿਰਫ PTC ਨੂੰ ਹੀ ਕਿਉਂ ਪ੍ਰਸਾਰਣ ਦੇ ਲਈ ਕਿਹਾ ਅਤੇ ਮਿੰਤਾ ਕਰਕੇ ਪ੍ਰਸਾਰਣ ਕਰਨ ਵਾਸਤੇ ਕਿਉਂ ਕਹਿ ਰਹੇ ਨੇ। ਇਹੀ ਗੱਲ ਪੁਰਾਣੇ ਜਥੇਦਾਰ ਸਾਹਿਬ ਨੇ 1 ਸਾਲ ਪਹਿਲਾਂ ਕਹੀ ਸੀ ਕਿ ਚੈਨਲ ਬਣਾ ਲਓ, ਉਦੋਂ ਕਿਉਂ ਨਹੀਂ ਉਹਨਾਂ ਦੀ ਗੱਲ ਮੰਨੀ ਗਈ? ਹੁਣ ਕੀ ਹੈ, ਇਹਨਾਂ ਨੂੰ ਪਤਾ ਸੀ, ਪਹਿਲਾਂ ਕਹਿੰਦੇ ਯੂਟਿਊਬ 'ਤੇ ਅਸੀਂ ਟੈਂਡਰ ਲਾਵਾਂਗੇ ਟੈਂਡਰ ਲਾਵਾਂਗੇ। ਇਹਨਾਂ ਨੇ ਸੋਚਿਆ ਹੋਇਆ ਸੀ ਕਿ ਨੇੜੇ ਜੇ ਜਾ ਕੇ ਫਿਰ ਆਪਾਂ ਇੱਦਾਂ ਕਹਾ ਲਾਂਗੇ, ਕਹਾ ਕੇ ਉਹ ਤੋਂ ਬਾਅਦ ਫਿਰ ਕਹਿ ਦਾਂਗੇ ਵੀ ਜਿਹੜਾ ਪੁਰਾਣਾ ਸੈਟਅਪ ਚੱਲਦਾ ਹਜੇ ਉਹੀ ਚੱਲਣ ਦਿਓ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਜਿਹੜਾ ਉਹਨਾਂ ਦਾ ਲੈਟਰ ਹੈ ਉਹਦੇ 'ਚ ਉਹਨਾਂ ਨੇ ਕਿਸੇ ਚੈਨਲ ਦਾ ਨਾਮ ਤਾਂ ਨਹੀਂ ਲਿਖਿਆ ਨਾ। ਉਹਨਾਂ ਨੇ ਕਿਹਾ ਕਿ ਸੈਟੇਲਾਈਟ ਚੈਨਲਾਂ 'ਤੇ ਵੀ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਹੋਣਾ ਚਾਹੀਦਾ। ਤਾਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਇੱਕੋ ਚੈਨਲ ਨੂੰ ਕਿਉਂ ਬੇਨਤੀ ਕਰ ਰਹੀ ਹੈ? ਇੱਕ ਨਿੱਜੀ ਚੈਨਲ ਹੈ, ਬਾਕੀਆਂ ਨੂੰ ਬੇਨਤੀ ਕਿਉਂ ਨਹੀਂ ਕਰ ਰਹੇ ਕਿ ਤੁਸੀਂ ਵੀ ਕਰ ਲਓ? ਆਹ ਜਿਹੜਾ ਹੁਣ ਇਸ ਵਕਤ ਮੈਂ ਬੋਲ ਰਿਹਾ, ਸਾਰੇ ਚੈਨਲਾਂ 'ਤੇ ਲਾਈਵ ਚੱਲ ਰਿਹਾ, ਵੈਬ ਚੈਨਲ ਵੀ ਹੋਣਗੇ, ਸੈਟੇਲਾਈਟ ਵੀ ਹੋਣਗੇ। ਕਿੰਨੇ ਜੇ 'ਚ ਕੀਤਾ ਪ੍ਰਬੰਧ ਹੈ ਆਪਾਂ? ਘੰਟਾ, 1 ਘੰਟੇ 'ਚ ਪ੍ਰਬੰਧ ਹੋ ਗਿਆ। ਉਹਨੂੰ ਇਹ ਵੀ ਨਹੀਂ ਪਤਾ ਫ੍ਰੀ ਆਫ ਕਾਸਟ ਕੀ ਹੁੰਦਾ। ਉਹ ਕਹਿੰਦੇ ਅਸੀਂ ਕਦੋਂ ਪੈਸੇ ਲੈਂਦੇ ਹਾਂ? ਮੈਂ ਇੱਕ ਮਿੰਟ, ਸਾਡੀ ਤਿਆਰੀ ਇਹ ਹੈ, ਫੀਡ ਬਾਹਰ ਦੇ ਦਿਓ, ਕੈਮਰੇ 2-4 ਹੀ ਲੱਗਣਗੇ ਅੰਦਰ। ਕੋਈ ਮੈਂ ਨਹੀਂ ਕਹਿੰਦਾ ਕਿ ਦਰਬਾਰ ਸਾਹਿਬ ਦੇ ਅੰਦਰ ਗਲਿਆਰੇ ਦੇ ਵਿੱਚ ਕੋਈ, ਜਿੱਥੇ ਦਰਬਾਰ ਸਾਹਿਬ ਹੈ, ਗੁਰੂ ਸਾਹਿਬ ਦੀ ਬੀੜ ਹੈ ਜਿੱਥੇ, ਉੱਥੇ ਕੋਈ ਰਸ਼ ਕਰਾਂਗੇ, ਕੈਮਰੇ ਉਨੇ ਹੀ ਰਹਿਣਗੇ। ਬਾਹਰ ਜਿਹੜੀ ਫੀਡ ਆਉਂਦੀ ਹੈ ਸਾਰਿਆਂ ਨੂੰ ਫ੍ਰੀ ਕਰ ਦਿਓ, ਸਾਰੇ ਆਪੇ ਆਪਣੀ ਚਲਾ ਦੇਣ। ਮਰਿਆਦਾ ਉਹ ਲਾਗੂ ਕਰ ਦੇਣ ਕਿ ਵਿਚਾਲੇ ਕੋਈ ਐਡ ਨਹੀਂ ਆਊਗੀ, ਈਵਨ ਲਿਖਤੀ ਵੀ ਐਡ ਨਹੀਂ ਆਊਗੀ ਥੱਲੇ ਪੱਟੀ 'ਤੇ। 1/2 ਘੰਟਾ ਪਹਿਲਾਂ ਐਡ ਨਹੀਂ ਆਊਗੀ, 1/2 ਘੰਟਾ ਬਾਅਦ 'ਚ ਐਡ ਨਹੀਂ ਆਊਗੀ। ਜਿਹੜਾ ਚੈਨਲ ਇਹਦੀ ਵਾਇਲੇਸ਼ਨ ਕਰਦਾ ਉਹਨੂੰ ਅਗਲੇ ਦਿਨ ਬਲੈਕਆਊਟ ਕਰ ਦਿਓ। ਪਰ ਨਹੀਂ ਕਰਨਾ, ਇਹਨਾਂ ਨੂੰ ਦੇਣਾ ਇਹ ਕਿਉਂਕਿ ਪਰਿਵਾਰ ਦਾ, ਇਸੇ ਇਹੀ ਪਰਿਵਾਰ ਚਲਾਉਂਦਾ, ਸੋ ਇਹਨਾਂ ਨੂੰ ਹੀ ਦੇਣਾ। ਸਰ 24 ਤਾਂ ਮੈਂ ਜ਼ਿਆਦਾ ਕਹਿਤਾ, 24 ਤਾਂ ਮੈਂ ਜ਼ਿਆਦਾ ਕਹਿਤਾ, ਤੁਹਾਡੇ ਵਾਲੇ 1 ਘੰਟੇ 'ਚ ਕਰੀ ਬੈਠਿਆ ਸੀ ਜੀ, ਤੋਂ ਹੁਣ ਚਲਾ ਰਹੇ ਹੋ। ਅੱਜ ਕੱਲ੍ਹ ਤਾਂ ਲਾਈਵ ਵਿਊ ਐਡੇ ਆ ਗਏ ਜੀ, ਲਾਈਵ ਵਿਊ ਜਾਣਦੇ ਹੋ ਨਾ? ਫਿਰ ਤੁਹਾਨੂੰ ਵੀ ਨਹੀਂ ਪਤਾ, ਲਾਈਵ ਵਿਊ ਨਾਲ ਮੈਂ ਸਾਰੀ ਦੁਨੀਆ 'ਚ ਪ੍ਰਸਾਰਣ ਥੋੜ੍ਹੀ ਕਹਿ ਰਿਹਾ, ਮੈਂ ਲਾਈਵ ਵਿਊ ਨਾਲ ਫੀਡ ਦੇਣ ਨੂੰ ਕਹਿ ਰਿਹਾ ਜੀ। ਅਤੇ ਫੀਡ ਜਿਹੜੀ ਆ ਉਹ ਸਾਰੀ ਚੱਲੂਗੀ, ਉਹ ਅੱਜ ਤੱਕ ਵੀ ਲੈ ਲੂਗਾ, ਉਹ BBC ਵੀ ਲੈ ਲੂਗਾ, ਉਹ ਡੇਲੀ ਪੋਸਟ ਵੀ ਲੈ ਲੂਗਾ। ਹਾਂ, ਇਹ ਬੜੀ 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 ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਗਵਰਨਰ ਨੂੰ ਇਹ ਨਹੀਂ ਪਤਾ ਕਿ ਸੈਸ਼ਨ ਜਿਹੜਾ ਉਹ ਲੀਗਲ ਸੀ ਜਾਂ ਇਲੀਗਲ ਸੀ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਵਾਰੀ 2 ਵਾਰੀ ਇੱਦਾਂ ਹੋਇਆ ਸੀ ਕਿ ਪ੍ਰੋਰੋਗ ਨਹੀਂ ਹੋਇਆ ਸੀ ਸੈਸ਼ਨ, ਅਤੇ ਦੁਬਾਰਾ ਬੁਲਾ ਲਿਆ ਗਿਆ ਸੀ ਗਵਰਨਰ ਦੀ ਪਰਮਿਸ਼ਨ ਤੋਂ ਬਿਨਾਂ। ਇਹ ਸੈਸ਼ਨ ਜਿਹੜਾ ਅਸੀਂ ਵੀ ਆਪਣੇ ਸੰਵਿਧਾਨ ਦੇ ਮਾਹਿਰਾਂ ਤੋਂ ਗੱਲ ਕਰਕੇ ਕੀਤਾ, ਕੱਚੀਆਂ ਗੋਲੀਆਂ ਨਹੀਂ ਖੇਡਦੇ ਮੈਂ ਮੈਡਮ। ਅਸੀਂ ਨਹੀਂ ਜਵਾਬ ਕੀ, ਉਹਨਾਂ ਨੇ ਡਿਲੇ ਕਰਨਾ। ਜੇ ਉਹ ਅੱਜ ਸਾਈਨ ਕਰਕੇ ਦੇ ਦੇਣ ਤਾਂ ਸ਼੍ਰੋਮਣੀ ਕਮੇਟੀ ਨੂੰ ਅਸੀਂ ਜਿਹੜੇ ਉਹ ਸੋਧ ਕੀਤੀ ਹੈ ਉਹ 'ਚ ਅਸੀਂ ਆਪਦੇ ਕੋਲ ਸਰਕਾਰ ਕੋਲ ਥੋੜ੍ਹੀ ਰਾਈਟਸ ਲਏ ਨੇ। ਅਸੀਂ ਕਹਿ ਸ਼੍ਰੋਮਣੀ ਕਮੇਟੀ ਇਹ ਮੇਕ ਸ਼ੋਰ ਕਰੂਗੀ ਕਿ ਫਰੀ ਟੂ ਏਅਰ ਅਤੇ ਫਰੀ ਟੂ ਆਲ ਹੋਊਗਾ। ਸ਼੍ਰੋਮਣੀ ਕਮੇਟੀ ਨੂੰ ਹੀ ਅਸੀਂ ਜਿਹੜੇ ਆ ਉਹ ਉਹਨਾਂ ਦੀਆਂ ਸ਼ਕਤੀਆਂ ਵਧਾ ਰਹੇ ਹਾਂ, ਪਰ ਉਹ ਨਹੀਂ ਲੈਣਾ ਚਾਹੁੰਦੇ ਕਿਉਂਕਿ ਆਹ ਹੈ।
ਗਵਰਨਰ ਸਾਹਿਬ ਕਿਉਂ ਨਹੀਂ ਤਿਆਰ ਜੀ ਇਸ ਚੀਜ਼ ਨੂੰ ਪਾਸ ਕਰਨ ਦੇ ਲਈ? ਪਤਾ ਨਹੀਂ ਜੀ, ਹੁਣ ਉਹ ਤਾਂ ਮਿਲਦੇ ਰਹੇ ਮੈਨੂੰ ਤੁਹਾਨੂੰ ਸਾਹਿਬ ਇੰਡੀਆ ਗੱਠਜੋੜ ਨੂੰ ਲੈ ਕੇ ਇਸ ਵੇਲੇ ਜਿਹੜਾ ਉਹ ਹੈ ਜੀ ਇੰਡੀਆ ਗੱਠਜੋੜ ਹੋਇਆ ਹੈਗਾ ਉਸ ਨੂੰ ਲੈ ਕੇ ਇੱਥੋਂ ਵਾਲੀ ਜਿਹੜੀ ਕਾਂਗਰਸ ਹੈ ਸੁੱਚਾ ਜੀ ਉਹ ਕਹਿ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਬਿਲਕੁਲ ਨਹੀਂ ਜਾ ਸਕਦੇ, ਇਸ ਟਾਈਮ ਦਾ ਮੂਲ ਦੇਖਣਾ ਸਾਨੂੰ। ਬਾਜਵਾ ਸਾਹਿਬ ਨੇ ਗੱਲ ਕਹੀ ਹੈ, ਕਿਵੇਂ ਚੱਲੂਗਾ ਇਹ ਗੱਠਜੋੜ? ਦੇਖੋ ਜੀ, ਕਾਂਗਰਸ ਨੇ ਇੱਕ ਵਧੀਆ ਗੱਲ ਕਹੀ ਕਿ ਅਸੀਂ ਵਿਰੋਧੀ ਧਿਰ ਸੀ, ਅਸੀਂ ਵਿਰੋਧੀ ਧਿਰ ਹਾਂ ਅਤੇ ਅਸੀਂ ਵਿਰੋਧੀ ਧਿਰ ਰਹਾਂਗੇ, ਔਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਸਾਰੀ ਉਮਰ ਵਿਰੋਧੀ ਧਿਰ ਹੀ ਰਹਿਣ।